ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਤਹਿਤ ਨਸ਼ਾ ਮੁਕਤੀ ਦਾ ਸੁਨੇਹਾ ਦੇਣ ਵਾਲੀਆਂ ਵੈਨਾਂ ਨੂੰ ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਲੋਂ ਵਰਦੇ ਮੀਂਹ 'ਚ ਰਵਾਨਾ ਕੀਤਾ ਗਿਆ। ਦਰਅਸਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਇੱਥੇ ਭਾਰੀ ਬਾਰਿਸ਼ ਪੈਂਦੀ ਰਹੀ। ਪਰ ਬਾਵਜੂਦ ਇਸਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਲੋਂ ਇਹ ਪ੍ਰੋਗਰਾਮ ਨੂੰ ਜਾਰੀ ਰੱਖਿਆ ਗਿਆ। ਸਿਹਤ ਮੰਤਰੀ ਮੁਤਾਬਕ ਨਸ਼ੇ ਨੂੰ ਠੱਲ ਪਾਉਣ ਦੀ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਸੀਂ ਬੜੀਆਂ ਹਾਈ ਟੈਕ ਵੈਨਸ ਜਿਹਦੇ 'ਚ ਆਡੀਓ ਵੀਡੀਓ ਔਰ ਅਵੇਅਰਨੈਸ ਮੈਸੇਜਿਸ ਸਾਰੀਆਂ ਪੰਜਾਂ ਵੈਨਸ 'ਤੇ ਤੁਸੀਂ ਦੇਖ ਰਹੇ ਹੋਵੋਗੇ, ਸਾਡੇ ਓਲਡ ਕਲੀਨਿਕਸ ਦੇ ਜਿੱਥੇ ਜਿੱਥੇ ਹੈਗੇ ਉਹਨਾਂ ਦੇ ਟੈਲੀਫੋਨ ਨੰਬਰਸ, ਇਹ ਅਵੇਅਰਨੈਸ ਲਿਆਉਣ ਲਈ ਲੋਕਾਂ ਦੇ ਵਿੱਚ, ਲੋਕਾਂ ਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪੰਜਾਬ ਦੇ ਲੋਕਾਂ ਨੂੰ ਮਿਲ ਸਕੇ। ਇਹਦੇ 5 ਕਲਸਟਰ ਅਸੀਂ ਬਣਾ ਕੇ 5 ਵੈਨਸ ਡਿਫਰੈਂਟ ਕਲਸਟਰਸ ਦੇ ਵਿੱਚ 4000 ਕਿਲੋਮੀਟਰ ਇੱਕ ਮਹੀਨੇ 'ਚ ਕਰਨਗੀਆਂ ਔਰ ਹਰ ਇਹਦੇ 30 ਸੈਂਟਰਸ ਹੋਣਗੇ ਜਿੱਥੇ ਜਾ ਕੇ ਹਰ ਜਗ੍ਹਾ ਇਹ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰਾਉਣਗੀਆਂ ਕਿ ਜਿਹੜੇ ਬੱਚੇ ਡਰੱਗ ਡੀ ਐਡਿਕਸ਼ਨ ਸੈਂਟਰ ਜਾਣਾ ਚਾਹੁੰਦੇ ਆ, ਸਰਕਾਰੀ ਵੀ ਔਰ ਪ੍ਰਾਈਵੇਟ ਸਾਰੇ ਅਸੀਂ ਉਹਦੇ 'ਤੇ ਐਡਰੈਸ ਡਿਸਪਲੇ ਕਰਦੇ ਨੇ ਔਰ ਉਹਦੇ 'ਚ ਇੱਕ ਅਸੀਂ ਮੈਸੇਜ, ਚੀਫ ਮਿਨਿਸਟਰ ਸਾਹਿਬ ਦਾ ਮੈਸੇਜ ਵੀ ਉਹਦੇ 'ਚ ਫਲੈਸ਼ ਹੋਏਗਾ ਸਾਰਾ ਔਰ ਉਹਦੇ 'ਚ ਸਾਡਾ ਸਾਰਾ ਹਾਈਲੀ ਅਸੀਂ ਲੋਕਾਂ ਦੀ ਇਨਫੋਰਮੇਸ਼ਨ ਲਈ ਬਣਾਇਆ ਹੈਗਾ। ਚੰਡੀਗੜ੍ਹ ਤੋਂ ਦਿਨੇਸ਼ ਗੋਇਲ, ਦੈਨਿਕ ਸਵੇਰਾ ਟੀਵੀ।